ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 1 ਜੂਨ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ ਅਤੇ ਵੱਖ ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪੌਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪੌਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂ ਐਸ ਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabireadiousa.com ਤੇ। ਹੁਣ ਵਧਦਿਆਂ ਜੀ ਅੱਜ ਦੀ ਪਹਿਲੀ ਖਬਰ ਵੱਲ। ਲਾਸ ਏਂਜਲਸ ਦੇ ਵਿੱਚ ਸਥਿਤ ਮਸ਼ਹੂਰ ਯੂਨੀਵਰਸਿਟੀ UCLA, ਉਸ ਦੇ ਵਿੱਚ ਹੋਈ ਇੱਕ ਸ਼ੂਟਿੰਗ ਦੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਦੁਆਰਾ ਮੰਨਿਆ ਜਾ ਰਿਹਾ ਕਿ ਇਸ ਸ਼ੂਟਿੰਗ ਦੇ ਵਿੱਚ ਇੱਕ ਸਟੂਡੈਂਟ ਦੁਆਰਾ ਇੱਕ ਪ੍ਰੋਫੈਸਰ ਦੇ ਉੱਤੇ ਗੋਲੀ ਮਾਰੀ ਗਈ ਅਤੇ ਬਾਅਦ ਦੇ ਵਿੱਚ ਉਸ ਸਟੂਡੈਂਟ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਹਾਦਸਾ ਅੱਜ ਸਵੇਰੇ ਤਕਰੀਬਨ 10 ਵਜੇ ਹੋਇਆ ਜਦੋਂ ਪੁਲਿਸ ਨੂੰ ਸ਼ੂਟਿੰਗ ਦੀ ਇਸ ਘਟਨਾ ਦਾ ਪਤਾ ਚੱਲਿਆ। ਇਸ ਤੋਂ ਬਾਅਦ ਕੈਂਪਸ ਦੇ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਅਤੇ ਸਾਰੀਆਂ ਕਲਾਸਾਂ ਨੂੰ ਰੱਦ ਕਰ ਦਿੱਤਾ ਗਿਆ। ਕੈਂਪਸ ਦੇ ਵਿੱਚ ਅਲਰਟ ਜਾਰੀ ਹੋਣ ਤੋਂ ਬਾਅਦ ਕਾਫੀ ਅਫਰਾ ਤਫਰੀ ਮੱਚ ਗਈ ਅਤੇ ਸਟੂਡੈਂਟਸ ਆਪਣੀ ਆਪਣੀ ਜਗ੍ਹਾ ਦੇ ਉੱਤੇ ਸ਼ੈਲਟਰ ਲੱਭਣ ਦੇ ਲਈ ਇੱਧਰ ਉੱਧਰ ਦੌੜ ਰਹੇ ਸਨ। ਇਸ ਤੋਂ ਬਾਅਦ 12 ਵਜੇ ਲੌਕਡਾਊਨ ਖੋਲਿਆ ਗਿਆ ਅਤੇ ਪੁਲਿਸ ਨੇ ਕਿਹਾ ਕਿ ਹੁਣ ਕੈਂਪਸ ਬਿਲਕੁਲ ਸੁਰੱਖਿਅਤ ਹੈ ਅਤੇ ਉਹਨਾਂ ਨੂੰ ਇੰਜੀਨੀਅਰਿੰਗ ਬਿਲਡਿੰਗ ਦੇ ਕੋਲ ਸਾਊਥ ਕੈਂਪਸ ਦੇ ਵਿੱਚ 2 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਮਕੈਨੀਕਲ ਅਤੇ ਐਰੋਸਪੇਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਵਿਲੀਅਮ ਐਸ ਕਲੱਗ ਦੀ ਹੈ, ਜਿਸ ਦੀ ਕਿ ਉਮਰ 39 ਸਾਲ ਸੀ, ਅਤੇ ਦੂਸਰਾ ਸ਼ਾਇਦ ਉਸਦਾ ਕੋਈ ਸਟੂਡੈਂਟ ਹੈ। ਪ੍ਰੋਫੈਸਰ ਵਿਲੀਅਮ ਐਸ ਕਲੱਗ ਨੂੰ ਬਹੁਤ ਹੀ ਹੋਣਹਾਰ ਪ੍ਰੋਫੈਸਰ ਮੰਨਿਆ ਜਾਂਦਾ ਸੀ ਅਤੇ ਉਹ ਆਪਣੀ ਰਿਸਰਚ ਦੇ ਲਈ ਪੂਰੀ ਹੀ ਯੂਨੀਵਰਸਿਟੀ ਦੇ ਵਿੱਚ ਮਸ਼ਹੂਰ ਸਨ। ਉਹਨਾਂ ਦੇ ਸਾਥੀ ਪ੍ਰੋਫੈਸਰਾਂ ਨੇ ਦੱਸਿਆ ਕਿ ਉਹ ਬਹੁਤ ਹੀ ਜ਼ਿਆਦਾ ਹੁਸ਼ਿਆਰ ਅਤੇ ਮਿਹਨਤੀ ਸਨ। ਇੱਕ ਪ੍ਰੋਫੈਸਰ ਐਲਨ ਗੈਰਫਿੰਕਲ ਨੇ ਦੱਸਿਆ ਹੈ ਕਿ ਉਹਨਾਂ ਨੇ ਪ੍ਰੋਫੈਸਰ ਕਲੱਗ ਦੀ ਮਦਦ ਦੇ ਨਾਲ ਇੱਕ ਕੰਪਿਊਟਰ ਜਨਰੇਟਡ ਵਰਚੁਅਲ ਹਾਰਟ ਤਿਆਰ ਕੀਤਾ ਸੀ। ਪ੍ਰੋਫੈਸਰ ਕਲੱਗ ਦੇ ਸਟੂਡੈਂਟਸ ਨੇ ਵੀ ਦੱਸਿਆ ਕਿ ਉਹ ਬਹੁਤ ਹੀ ਇਮਾਨਦਾਰ ਅਤੇ ਬਹੁਤ ਹੀ ਮਿਹਨਤੀ ਪ੍ਰੋਫੈਸਰ ਸਨ ਅਤੇ ਉਹ ਆਪਣੇ ਬੱਚਿਆਂ ਦੀ ਹਮੇਸ਼ਾ ਦੇਖਭਾਲ ਕਰਦੇ ਸਨ। ਉਹਨਾਂ ਨੇ ਆਪਣੀ ਅੰਡਰ ਗ੍ਰੈਜੂਏਟ ਡਿਗਰੀ 1997 ਦੇ ਵਿੱਚ ਵੈਸਟਮੈਂਟ ਕਾਲਜ ਤੋਂ ਕੀਤੀ ਸੀ ਅਤੇ 1999 ਦੇ ਵਿੱਚ UCLA ਤੋਂ ਹੀ ਉਹਨਾਂ ਨੇ ਮਾਸਟਰਜ਼ ਕੀਤੀ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਮਕੈਨੀਕਲ ਇੰਜੀਨੀਅਰ ਦੇ ਵਿੱਚ 2003 ਸਨ ਦੇ ਵਿੱਚ ਉਹਨਾਂ ਨੇ ਕੈਲਟੈਕ ਦੇ ਵਿੱਚੋਂ PhD ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ UCLA ਕੈਂਪਸ ਦੇ ਵਿੱਚ ਇਹ ਸ਼ੂਟਿੰਗ ਦੀਆਂ ਘਟਨਾਵਾਂ ਅੱਜ ਕੱਲ੍ਹ ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਦੇ ਨਾਲ ਸਟੂਡੈਂਟਸ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਪਿੱਛੇ ਹੋਏ ਮੋਟਿਵ ਦਾ ਹਜੇ ਤੱਕ ਪਤਾ ਨਹੀਂ ਚੱਲਿਆ ਹੈ ਅਤੇ ਪਰ ਮੌਜੂਦਾ ਹਾਲਾਤਾਂ ਤੋਂ ਪੁਲਿਸ ਨੂੰ ਲੱਗ ਰਿਹਾ ਹੈ ਕਿ ਪ੍ਰੋਫੈਸਰ ਵਿਕਟਿਮ ਸੀ ਅਤੇ ਉਸ ਦੇ ਸਟੂਡੈਂਟ ਨੇ ਉਸਨੂੰ ਗੋਲੀ ਮਾਰ ਕੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਅਤੇ ਪੁਲਿਸ ਨੇ ਕਲੀਅਰ ਕੀਤਾ ਕਿ ਹੁਣ ਕੈਂਪਸ ਬਿਲਕੁਲ ਸੁਰੱਖਿਅਤ ਹੈ ਅਤੇ ਵੀਰਵਾਰ ਤੋਂ ਯੂਨੀਵਰਸਿਟੀ ਦੇ ਵਿੱਚ ਕਲਾਸਾਂ ਨੋਰਮਲ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਰਾਸ਼ਟਰਪਤੀ ਬਰਾਕ ਓਬਾਮਾ ਅੱਜ ਇੰਡੀਆਨਾ ਦੇ ਐਲਖਾਟ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਉੱਥੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਜੇਕਰ ਤੁਸੀਂ ਆਉਣ ਵਾਲੀਆਂ 2016 ਦੀਆਂ ਚੋਣਾਂ ਦੇ ਵਿੱਚ ਇਕਾਨਮੀ ਦੇ ਲਈ ਵੋਟਿੰਗ ਕਰ ਰਹੇ ਹੋ ਤਾਂ ਰਿਪਬਲਿਕਨ ਪਾਰਟੀ ਨੂੰ ਵੋਟ ਕਰਨਾ ਬੇਵਕੂਫੀ ਹੋਵੇਗੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਇੱਕ ਮਿਡਲ ਕਲਾਸ ਅਮੈਰੀਕਨ ਨੂੰ ਲੈ ਕੇ ਇਕਾਨਮੀ ਦੇ ਵਰਗੇ ਮੁੱਦੇ ਹਨ ਤਾਂ ਤੁਹਾਨੂੰ GOP ਦੇ ਲਈ ਵੋਟ ਨਹੀਂ ਕਰਨਾ ਚਾਹੀਦਾ, ਕਿਉਂਕਿ ਰਿਪਬਲਿਕਨ ਪਾਰਟੀ ਦੀਆਂ ਪਾਲਿਸੀਜ਼ ਅਮੈਰੀਕਾ ਦੀ ਇਕਾਨਮੀ ਨੂੰ ਹੋਰ ਪਿੱਛੇ ਲੈ ਕੇ ਜਾਣਗੀਆਂ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਥੇ ਡੈਮੋਕ੍ਰੈਟਿਕ ਪਾਰਟੀ ਦੀਆਂ ਇਕਨੋਮਿਕ ਪਾਲਿਸੀਜ਼ ਦਾ ਜੰਮ ਕੇ ਪ੍ਰਚਾਰ ਕੀਤਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਥੇ ਕਿਸੇ ਵੀ ਕੈਂਡੀਡੇਟ ਦੇ ਉੱਤੇ ਸਿੱਧਾ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਦਾ ਸਮਰਥਨ ਕੀਤਾ, ਬਲਕਿ ਉਹਨਾਂ ਨੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਪਾਲਿਸੀਜ਼ ਨੂੰ ਵੱਖੋ ਵੱਖ ਤਰੀਕੇ ਦੇ ਨਾਲ ਪੇਸ਼ ਕੀਤਾ। ਐਲਖਾਟ ਦੇ ਵਿੱਚ
ਰਾਸ਼ਟਰਪਤੀ ਬਰਾਕ ਓਬਾਮਾ 2009 ਫਰਵਰੀ ਦੇ ਵਿੱਚ ਆਏ ਸਨ, ਜਦੋਂ ਉੱਥੇ ਬੇਰੁਜ਼ਗਾਰੀ ਦਰ 20% ਤੋਂ ਉੱਤੇ ਸੀ, ਜੋ ਕਿ ਨੈਸ਼ਨਲ ਐਵਰੇਜ ਦੇ ਨਾਲੋਂ ਕਿਤੇ ਜ਼ਿਆਦਾ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਉਹ ਉੱਥੇ ਪਹੁੰਚੇ ਹਨ, ਤਾਂ ਇੱਥੇ ਬੇਰੁਜ਼ਗਾਰੀ ਦਰ ਸਿਰਫ 4% ਰਹਿ ਗਈ ਹੈ, ਜੋ ਕਿ ਨੈਸ਼ਨਲ ਬੇਰੁਜ਼ਗਾਰੀ ਦਰ ਦੇ ਨਾਲੋਂ ਕਾਫ਼ੀ ਘੱਟ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਹ ਸਭ ਉਹਨਾਂ ਦੇ ਦੁਆਰਾ ਲਾਗੂ ਕੀਤੀਆਂ ਪਾਲਿਸੀਆਂ ਦੇ ਚੱਲਦੇ ਹੀ ਹੋਇਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ, ਹਾਲਾਂਕਿ ਇਹ ਕਾਉਂਟੀ ਮੈਜੋਰਿਟੀ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਹੈ, ਪਰ ਉਹ ਫਿਰ ਵੀ ਲੋਕਾਂ ਨੂੰ ਇੱਕ ਵਾਰੀ ਫਿਰ ਇਹ ਯਾਦ ਦਵਾ ਰਹੇ ਨੇ ਕਿ ਜੇਕਰ ਤੁਸੀਂ ਰਿਪਬਲਿਕਨ ਪਾਰਟੀ ਦੇ ਲਈ ਵੋਟ 2016 ਦੀਆਂ ਚੋਣਾਂ ਦੇ ਵਿੱਚ ਕਰੋਗੇ ਤਾਂ ਅਮੈਰੀਕਾ ਦੀ ਇਕਨੋਮੀ ਨੂੰ ਹੋਰ ਪਿੱਛੇ ਲੈ ਕੇ ਜਾਓਗੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜੇਕਰ ਤੁਸੀਂ ਗਨ ਰਾਈਟਸ, ਗੇ ਰਾਈਟਸ, ਅਬੋਰਸ਼ਨ ਜਾਂ ਫਿਰ ਅੱਤਵਾਦ ਵਰਗੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟਿੰਗ ਕਰਨੀ ਹੈ, ਤਾਂ ਤੁਸੀਂ ਰਿਪਬਲਿਕਨ ਪਾਰਟੀ ਨੂੰ ਜ਼ਰੂਰ ਵੋਟ ਕਰ ਸਕਦੇ ਹੋ, ਕਿਉਂਕਿ ਉਹ ਮੰਨਦੇ ਹਨ ਕਿ ਉਹਨਾਂ ਦੀ ਪਾਰਟੀ ਨੇ ਸ਼ਾਇਦ ਇਹਨਾਂ ਮਸਲਿਆਂ ਦੇ ਉੱਤੇ ਠੀਕ ਤਰ੍ਹਾਂ ਕੰਮ ਨਹੀਂ ਕੀਤਾ, ਅਤੇ ਇਸ ਦਾ ਜਵਾਬ ਰਿਪਬਲਿਕਨ ਪਾਰਟੀ ਬਿਹਤਰ ਤਰੀਕੇ ਦੇ ਨਾਲ ਦੇ ਸਕਦੀ ਹੈ। ਪਰ ਜੇਕਰ ਇੱਕ ਆਮ ਅਮਰੀਕਨ ਆਪਣੀ ਜੇਬ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਮੈਰੀਕਾ ਦੀ ਇਕਾਨਮੀ ਦੇ ਬਾਰੇ ਸੋਚਦਾ ਹੈ, ਤਾਂ ਰਿਪਬਲਿਕਨ ਪਾਰਟੀ ਨੂੰ ਵੋਟ ਕਰਨਾ ਬਹੁਤ ਵੱਡੀ ਬੇਵਕੂਫੀ ਹੋਏਗੀ। ਉੱਥੇ ਮੌਜੂਦ ਕਈ ਲੋਕਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਤੀਸਰੀ ਟਰਮ ਦੇ ਲਈ ਰਾਸ਼ਟਰਪਤੀ ਦੀ ਚੋਣ ਲੜਨ ਦੇ ਲਈ ਨਾਅਰੇ ਲਾਏ, ਪਰ ਇਸ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਜ਼ਾਕੀਆ ਢੰਗ ਦੇ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਨਾ ਹੀ ਤਾਂ ਸੰਵਿਧਾਨ ਅਤੇ ਨਾ ਹੀ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਉਹਨਾਂ ਨੂੰ ਇਸ ਦੀ ਇਜਾਜ਼ਤ ਦਿੰਦੀ ਹੈ। ਕੈਲੀਫੋਰਨੀਆ ਦੇ ਵਿੱਚ ਫੈਡਰਲ ਜੱਜ ਨੇ ਬਰਨੀ ਸੈਂਡਰਸ ਦੇ ਸਪੋਰਟਰਸ ਦੇ ਉਸ ਲਾ ਸੂਟ ਨੂੰ ਰਿਜੈਕਟ ਕਰ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਲੀਫੋਰਨੀਆ ਦੀ ਵੋਟਰ ਰਜਿਸਟ੍ਰੇਸ਼ਨ ਨੂੰ ਦੁਬਾਰਾ ਤੋਂ ਖੋਲ੍ਹਿਆ ਜਾਵੇ। ਕੈਲੀਫੋਰਨੀਆ ਦੇ ਵਿੱਚ ਅਗਲੇ ਹੀ ਹਫ਼ਤੇ 7 ਤਰੀਕ ਨੂੰ ਪ੍ਰਾਇਮਰੀਜ਼ ਇਲੈਕਸ਼ਨ ਹੋਣ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਬਰਨੀ ਸੈਂਡਰਸ ਦੇ ਕਈ ਸਪੋਰਟਰਸ ਦਾ ਮੰਨਣਾ ਸੀ ਕਿ ਕੈਲੀਫੋਰਨੀਆ ਦਾ ਪ੍ਰਾਇਮਰੀ ਸਿਸਟਮ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈ ਅਤੇ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਦੁਬਾਰਾ ਵੋਟਿੰਗ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਚਾਹੀਦੀ ਹੈ। ਅਤੇ ਉਹਨਾਂ ਨੇ ਇਹ ਵੀ ਰਿਕੁਐਸਟ ਕੀਤੀ ਸੀ ਕਿ ਪੋਲਿੰਗ ਬੂਥ ਦੇ ਉੱਤੇ ਵਲੰਟੀਅਰਸ ਲਾਏ ਜਾਣ, ਜੋ ਕਿ ਲੋਕਾਂ ਨੂੰ ਦੱਸਣ ਕਿ ਕਿਹੜੀਆਂ ਪਾਰਟੀਜ਼ ਨੇ ਆਪਣੀਆਂ ਪ੍ਰਾਇਮਰੀ ਇੰਡੀਪੈਂਡੈਂਟ ਵੋਟਰਸ ਦੇ ਲਈ ਖੋਲ੍ਹੀਆਂ ਹਨ। ਸਰੋਤਿਆਂ ਨੂੰ ਦੱਸਦੀ ਜਾਈਏ ਕਿ ਕੈਲੀਫੋਰਨੀਆ ਦੇ ਵਿੱਚ ਸੈਮੀ ਓਪਨ ਪ੍ਰਾਇਮਰੀਜ਼ ਸਿਸਟਮ ਹੈ, ਜਿਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ, ਲਿਬਰਲ ਪਾਰਟੀ ਅਤੇ ਅਮੈਰੀਕਨ ਇੰਡੀਪੈਂਡੈਂਟ ਪਾਰਟੀ ਦੇ ਵੱਲੋਂ ਓਪਨ ਪ੍ਰਾਇਮਰੀ ਇਲੈਕਸ਼ਨ ਰੱਖਿਆ ਗਿਆ ਹੈ, ਜਿਸ ਦੇ ਵਿੱਚ ਕੋਈ ਵੀ ਵੋਟਰ ਜੋ ਭਾਵੇਂ ਦੂਸਰੀ ਪਾਰਟੀਜ਼ ਦੇ ਨਾਲ ਬਿਲੋਂਗ ਕਰਦਾ ਹੋਵੇ ਜਾਂ ਫਿਰ ਇੰਡੀਪੈਂਡੈਂਟ ਵੋਟਰ ਹੋਵੇ, ਉਹ ਡੈਮੋਕ੍ਰੈਟਿਕ ਪ੍ਰਾਇਮਰੀਜ਼ ਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਵੋਟ ਕਰ ਸਕਦਾ ਹੈ। ਅਤੇ ਇਸ ਦੇ ਉਲਟ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ ਦੇ ਵਿੱਚ ਸਿਰਫ ਰਿਪਬਲਿਕਨ ਪਾਰਟੀ ਦਾ ਰਜਿਸਟਰਡ ਵੋਟਰ ਹੀ ਹਿੱਸਾ ਲੈ ਸਕਦਾ ਹੈ। ਸੋ ਇਸ ਨੂੰ ਦੇਖਦੇ ਹੋਏ ਕਈ ਦਿਨਾਂ ਤੋਂ ਉੱਤੋਂ ਇੱਕ ਕਨਫਿਊਜ਼ਨ ਬਣੀ ਆ ਰਹੀ ਸੀ, ਅਤੇ ਇਸ ਨੂੰ ਲੈ ਕੇ ਬਰਨੀ ਸੈਂਡਰਸ ਦੇ ਕਈ ਸਪੋਰਟਰਸ ਨੇ ਇਹ ਲਾਸੂਟ ਕੋਰਟ ਦੇ ਵਿੱਚ ਫਾਈਲ ਕੀਤਾ ਸੀ। ਬਰਨੀ ਸੈਂਡਰਸ ਦੇ ਸਪੋਰਟਰ ਨੂੰ ਉਮੀਦ ਹੈ ਕਿ ਜਿੱਥੇ ਵੀ ਜਿਹੜੀ ਵੀ ਸਟੇਟ ਦੇ ਵਿੱਚ ਓਪਨ ਪ੍ਰਾਇਮਰੀ ਸਿਸਟਮ ਰਿਹਾ ਹੈ, ਉਸ ਦੇ ਵਿੱਚ ਬਰਨੀ ਸੈਂਡਰਸ ਨੂੰ ਫਾਇਦਾ ਪਹੁੰਚਿਆ ਹੈ, ਅਤੇ ਉਹਨਾਂ ਨੂੰ ਉਮੀਦ ਸੀ ਕਿ ਕੈਲੀਫੋਰਨੀਆ ਦੇ ਵਿੱਚ ਵੀ ਓਪਨ ਪ੍ਰਾਇਮਰੀ ਸਿਸਟਮ ਹੋਣ ਕਰਕੇ ਉਹਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਹਾਲਾਂਕਿ ਫੈਡਰਲ ਜੱਜ ਨੇ ਉਹਨਾਂ ਦੇ ਇਹ ਲਾਸੂਟ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਉਹ ਲੋਕਾਂ ਨੂੰ ਸਮਝਾਉਣ ਦੇ ਲਈ ਰੇਡੀਓ, ਟੀਵੀ ਐਡਵਰਟਾਈਜ਼ਮੈਂਟ ਦਾ ਸਹਾਰਾ ਲੈ ਸਕਦੇ ਹਨ, ਅਤੇ ਹੁਣ ਉਹਨਾਂ ਨੇ ਇਹ ਲਾਸੂਟ ਫਾਈਲ ਕਰਨ ਦੇ ਵਿੱਚ ਬਹੁਤ ਦੇਰੀ ਕਰ ਦਿੱਤੀ ਹੈ। ਕੱਚਾ ਤੇਲ ਕੱਢਣ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਤਕਨੀਕ ਫਰੈਕਿੰਗ, ਜਿਸ ਨੂੰ ਕਿ ਫੈਡਰਲ ਏਜੰਸੀਜ਼ ਨੇ ਥੋੜੇ ਹੀ ਦਿਨ ਪਹਿਲਾਂ ਹਰੀ ਝੰਡੀ ਦਿੱਤੀ ਹੈ, ਅਤੇ ਪੈਸੀਫਿਕ ਓਸ਼ਨ ਦੇ ਵਿੱਚ ਫਰੈਕਿੰਗ ਦੇ ਇਸਤੇਮਾਲ ਦੇ ਨਾਲ ਕੱਚਾ ਤੇਲ ਕੱਢਣ ਦੀ ਇਜਾਜ਼ਤ ਦਿੱਤੀ ਹੈ, ਉਸ ਨੂੰ ਲੈ ਕੇ ਬਰਨੀ ਸੈਂਡਰਸ ਨੇ ਵਾਈਟ ਹਾਊਸ ਅਤੇ ਡੈਮੋਕ੍ਰੈਟਿਕ ਪਾਰਟੀ ਨੂੰ ਚੈਲੰਜ ਕੀਤਾ ਹੈ। ਬਰਨੀ ਸੈਂਡਰਸ ਨੇ ਕਿਹਾ ਕਿ ਉਹਨਾਂ ਨੂੰ ਇਸ ਦੇ ਉੱਤੇ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਫਰੈਕਿੰਗ ਨੂੰ ਫੌਰਨ ਤੌਰ ਦੇ ਉੱਤੇ ਬੈਨ ਕਰ ਦੇਣਾ ਚਾਹੀਦਾ ਹੈ। ਸਰੋਤਿਆਂ ਨੂੰ ਦੱਸਦੀ ਜਾਈਏ ਕਿ ਫਰੈਕਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਧਰਤੀ ਦੇ ਵਿੱਚ ਸੁਰਾਖ ਕਰਕੇ ਕੈਮੀਕਲ ਪੰਪ ਕਰਕੇ ਨੈਚੁਰਲ ਗੈਸ ਅਤੇ ਤੇਲ ਧਰਤੀ ਦੇ ਹੇਠੋਂ ਕੱਢਿਆ ਜਾਂਦਾ ਹੈ। ਵਾਤਾਵਰਨ ਦੇ ਨਾਲ ਸੰਬੰਧਿਤ ਰੱਖਣ ਵਾਲੇ ਗਰੁੱਪਾਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਅੰਡਰਗਰਾਊਂਡ ਵਾਟਰ ਪ੍ਰਦੂਸ਼ਿਤ ਹੁੰਦਾ ਹੈ ਅਤੇ ਉਹ ਪਾਣੀ ਨੂੰ ਜ਼ਹਿਰੀਲਾ ਬਣਾਉਂਦਾ ਹੈ। ਆਪਣੇ ਪੂਰੇ ਪ੍ਰਾਇਮਰੀ ਕੈਂਪੇਨ ਦੇ ਵਿੱਚ ਬਰਨੀ ਸੈਂਡਰਸ ਨੇ ਇਸ ਤਕਨੀਕ ਦਾ ਵਿਰੋਧ ਕੀਤਾ ਸੀ, ਅਤੇ ਇਸ ਕਰਕੇ ਉਹਨਾਂ ਨੂੰ ਕਈ ਜਗ੍ਹਾ ਦੇ ਉੱਤੇ ਜਿੱਤ ਵੀ ਮਿਲੀ ਸੀ। ਸੈਨ ਹੋਜ਼ੇ ਦੇ ਵਿੱਚ ਜੈਕਸਨ ਐਵੀਨਿਊ ਦੇ ਕੋਲ ਇੱਕ ਮਹਿਲਾ ਪੈਡੈਸਟ੍ਰੀਅਨ ਨੂੰ
ਇੱਕ ਕਾਰ ਡਰਾਈਵਰ ਨੇ ਟੱਕਰ ਮਾਰੀ ਜਿਸ ਦੇ ਵਿੱਚ ਉਸ ਮਹਿਲਾ ਦੀ ਮੌਤ ਹੋ ਗਈ। ਸੈਂਟਾ ਕਲਾਰਾ ਕਾਉਂਟੀ ਦੇ ਅਧਿਕਾਰੀਆਂ ਨੇ ਇਸ ਮਹਿਲਾ ਦੀ ਪਹਿਚਾਣ ਅਲੈਗਜ਼ੈਂਡਰਾ ਲੋਜ਼ਾਨੋ ਦੇ ਨਾਮ ਤੋਂ ਕੀਤੀ ਹੈ ਜੋ ਕਿ ਪਾਲੋ ਆਲਟੋ ਦੀ ਰਹਿਣ ਵਾਲੀ ਸੀ ਅਤੇ ਉਸ ਕਾਰ ਦਾ ਡਰਾਈਵਰ ਰਿਕਾਰਡੋ ਕੌਂਟਰੀਆਸ ਜਿਸਦੀ ਕਿ ਉਮਰ 21 ਸਾਲ ਹੈ ਉਸਨੂੰ ਅੱਜ ਸੈਨੋਜ਼ੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਉੱਤੇ ਹਿੱਟ ਐਂਡ ਰਨ ਦਾ ਮੁਕੱਦਮਾ ਚਲਾਇਆ ਜਾਏਗਾ। ਤਕਰੀਬਨ 12 ਵਜੇ ਜਦੋਂ ਉਹ ਮਹਿਲਾ ਇੰਟਰਸਟੇਟ 680 ਦੇ ਕੋਲ ਪੈਦਲ ਸੜਕ ਕ੍ਰਾਸ ਕਰ ਰਹੀ ਸੀ ਤਾਂ ਉਸਨੂੰ ਇੱਕ ਸਫੇਦ ਕਲਰ ਦੀ ਕ੍ਰਾਈਸਲਰ ਨੇ ਟੱਕਰ ਮਾਰੀ। ਇਸ ਘਟਨਾ ਤੋਂ ਬਾਅਦ ਡਰਾਈਵਰ ਉੱਥੋਂ ਫਰਾਰ ਹੋ ਗਿਆ, ਪਰ ਇੱਕ ਵਿਟਨੈਸ ਨੇ 911 ਕਾਲ ਕਰਕੇ ਇਸ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਇਸ ਤੋਂ ਬਾਅਦ 'ਚ ਪੁਲਿਸ ਨੇ ਜਾਂਚ ਪੜਤਾਲ ਕਰਦੇ ਹੋਏ ਉਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਸੈਨੋਜ਼ੇ ਦੇ ਵਿੱਚ ਇਸ ਸਾਲ ਟ੍ਰੈਫਿਕ ਕਲਿਜ਼ਨ ਦੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਸੰਖਿਆ ਹੁਣ 18 ਹੋ ਗਈ ਹੈ। ਇਸ ਹਫ਼ਤੇ ਇੱਕ ਗੈਸ ਸਟੇਸ਼ਨ ਦੇ ਉੱਤੇ ਦਵਿੰਦਰ ਸਿੰਘ ਦੀ ਮੌਤ ਦੇ ਉੱਤੇ ਉਹਨਾਂ ਦੇ ਸਪੁੱਤਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਇੱਕ ਨਸਲੀ ਹਮਲਾ ਲੱਗਦਾ ਹੈ। ਦਵਿੰਦਰ ਸਿੰਘ ਜਿਸ ਦੀ ਕਿ ਉਮਰ 47 ਸਾਲ ਸੀ, ਉਹ ਇੱਕ ਗੈਸ ਸਟੇਸ਼ਨ ਦੇ ਮਾਲਕ ਸਨ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਘਟਨਾ ਸਥਲ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੂੰ ਦਵਿੰਦਰ ਸਿੰਘ ਬੇਹੋਸ਼ ਮਿਲੇ ਅਤੇ ਉਸ ਦੇ ਬਾਅਦ ਵਿੱਚ ਉਹਨਾਂ ਨੂੰ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ, ਪਰ ਥੋੜੇ ਟਾਈਮ ਬਾਅਦ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ। ਉਹਨਾਂ ਦੇ ਸਪੁੱਤਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਦਵਿੰਦਰ ਸਿੰਘ 25 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਦੇ ਵਿੱਚ ਆਏ ਸਨ ਅਤੇ ਬਹੁਤ ਹੀ ਮਿਹਨਤੀ ਵਿਅਕਤੀ ਸਨ ਅਤੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰੀ ਇੱਥੇ ਲੁੱਟ ਖੋਹ ਦੀ ਘਟਨਾ ਹੋਈ ਹੈ, ਪਰ ਉਹਨਾਂ ਦੇ ਪਿਤਾ ਨੇ ਹਰ ਵਾਰ ਬਹਾਦਰੀ ਦੇ ਨਾਲ ਉਸਦਾ ਸਾਹਮਣਾ ਕੀਤਾ ਹੈ। ਉਸ ਦਿਨ ਉਹ ਤਾਜ਼ੀ ਹਵਾ ਖਾਣ ਦੇ ਲਈ ਸਟੋਰ ਤੋਂ ਬਾਹਰ ਨਿਕਲੇ ਸਨ ਜਦੋਂ ਅਗਿਆਤ ਵਿਅਕਤੀਆਂ ਨੇ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਉਹਨਾਂ ਦੇ ਆਸ ਪਾਸ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਸੀ। ਇਸ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ। ਪਰ ਇਸ ਹਮਲੇ ਨੂੰ ਨਸਲੀ ਹਮਲਾ ਮੰਨਿਆ ਜਾਏਗਾ ਕਿ ਨਹੀਂ, ਇਸ ਦੇ ਬਾਰੇ ਪੁਲਿਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 91 ਡਿਗਰੀ ਅਤੇ ਲੋਅ ਟੈਂਪਰੇਚਰ 60 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋਅ। ਸਟੋਕਟਨ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋਅ। ਬੇਕਰਸਫੀਲਡ ਦੇ ਵਿੱਚ 105 ਡਿਗਰੀ ਹਾਈ ਅਤੇ ਰਾਤ ਨੂੰ 71 ਡਿਗਰੀ ਲੋਅ। ਲੋਸ ਏਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋਅ। ਟਰਕੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋਅ। ਸਾਊਥ ਲੇਕ ਟਾਹੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋਅ। ਇੱਥੇ ਦਿਨ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸਿਆਟਲ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋਅ। ਸੋਲਟ ਲੇਕ ਸਿਟੀ ਯੂਟਾ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋਅ। ਸ਼ਿਕਾਗੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋਅ। ਕੈਨੇਡਾ ਟੋਰਾਂਟੋ ਦੇ ਵਿੱਚ 26 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋਅ। ਵਿਨੀਪੈਗ ਦੇ ਵਿੱਚ 20 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ 21 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋਅ ਅਤੇ ਵੈਨਕੂਵਰ ਦੇ ਵਿੱਚ 19 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋਅ ਰਹੇਗਾ ਜੀ। ਪੰਜਾਬ ਅੰਮ੍ਰਿਤਸਰ ਦੇ ਵਿੱਚ 43 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋਅ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋਅ। ਬਰਲਿਨ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋਅ ਅਤੇ ਫਰਾਂਸ ਪੈਰਿਸ ਦੇ ਵਿੱਚ 17 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋਅ ਰਹੇਗਾ ਜੀ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 2 ਅੰਕ ਵੱਧ ਕੇ 17,769.67 ਤੇ ਬੰਦ ਹੋਇਆ। ਨੈਸਡੈਕ 4 ਅੰਕ ਵੱਧ ਕੇ 4,952.25 ਤੇ ਬੰਦ ਹੋਇਆ। S&P 2 ਅੰਕ ਵੱਧ ਕੇ 2,099.33 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 105 ਅੰਕ ਵੱਧ ਕੇ 21,708.02 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅਲੀਬਾਬਾ ਗਰੁੱਪ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 76.69 ਰਹੀ।
ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 44 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 60 ਪੈਸੇ, ਇੱਕ ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 97 ਰੁਪਏ 23 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 49 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 87 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 99 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 99 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 179 ਰੁਪਏ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 223 ਰੁਪਏ 11 ਪੈਸੇ। ਸੋਨੇ ਦਾ ਰੇਟ 1211 ਡਾਲਰ 32 ਸੈਂਟ ਪਰ ਔਂਸ ਰਿਹਾ ਅਤੇ ਚਾਂਦੀ 15 ਡਾਲਰ 90 ਸੈਂਟ ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5100 ਤੇ, ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਇੱਕ ਵਾਰੀ ਫਿਰ ਸਾਰੇ ਸਪੌਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।